हाँ जी अस्सलाम वालेकुम सर जी। जी आए जी गल ग्रुप दे विच के कबूतर जड़ा ना उत्ते बाजी वाले उड्डे ने उस्ताद खालसा साहब रहंदे ते इन्हां थल्लों जड़ा ना वो पल्ला मार दिता। ऐ कबूतर दसदे जे पै दसो जी जरा। हाँ जी ऐ कबूतर हुण बैठा जे इक अच्छा। नाल उत्ते वेंदे तो कबूतर निकलिया। हाँ जी थल्लों बैंड आ जे ओ मुंडे ने बुआ खोल्या सी ते ओदे नाल पांच कबूतर होर उड्डे ने ओ थल्लों बाद चो बाल ने अन्ना पे डायने सी अजे तक इत्थे छत नहीं आ साडे मेन कबूतर थल्ले सी थल्लों कबूतर डाने सन। ऐ हुण कबूतर वेख लो बैठा जे ओ दूजा ज्यादा नंबर उत्ते ऐ कदों दा उड्डया हजे ए सुबह ही डाया कबूतर ने नाल ਤੁਹਾਨੂੰ ਦਿਸਦਾ ਨਹੀਂ ਪਾ ਕਿਦਾਂ ਦਾ ਉੱਡਿਆ ਉਹ ਮਚੂ ਓਏ ਨਹੀਂ ਉਹ ਗਰੁੱਪ ਦੇ ਵਿੱਚ ਜਿਸ ਤਰੀਕੇ ਨਾਲ ਗੱਲ ਆਈ ਹੈ ਨਾ ਉਹ ਆਈ ਹੈ ਕਿ ਪੱਲਾ ਵੱਜਿਆ ਕਬੂਤਰਾਂ ਨੂੰ ਕਬੂਤਰ ਬਾਕੀ ਹਕੀਕਤ ਉੱਡੇ ਹਨ ਥੱਲੇ ਸਾਡੇ ਮਗਰ ਅਸੀਂ ਇੱਥੇ ਨਹੀਂ ਸਾਂ ਮੁੰਡੇ ਪਿੱਛੋਂ ਬੁਆ ਖੋਲ ਦਿੱਤਾ ਉੱਤੇ ਜਾ ਚੁੱਕ ਕਬੂਤਰ ਸਾਂ ਇਹ ਸਾਡਾ ਕਬੂਤਰ ਬੈਠਾ ਵੀ ਚੁੱਟ ਨਹੀਂ ਸੁਬਾ ਵਾਲਿਆਂ ਜੋ ਇੱਕ ਆ ਬੈਠਾ ਤੇ ਕੁੱਤੇ ਦੇ ਜਿਆਦਾ ਨੰਬਰ ਕਬੂਤਰ ਤੁਹਾਡੇ ਸਾਹਮਣੇ ਉੱਤੇ ਹੁੰਦਾ ਕਿ ਉਹਦੀ ਵੀ ਤੁਸੀਂ ਵੀਡੀਓ ਬਣਾ ਕਰਨੀ ਹੈ ਹਾਂਜੀ ਇਹ ਕਬੂਤਰ ਹੋਈ ਤੇ ਸਾਰੇ ਮਤਲਬ ਕਲੀਅਰ ਨੇ ਆ ਸਾਹਮਣੇ ਨਜ਼ਰ ਆਉਂਦੇ ਨੇ ਪੈ ਇਹ ਵੇਖ ਲਓ ਤੁਹਾਡੇ ਸਾਹਮਣੇ ਇਹ ਦੇਖਾਂ ਸਾਰੇ ਉੱਡਦੇ ਨੇ ਜੀ ਉਹ ਤਾਂ ਦਿਸਦਾ ਪਿਆ ਪਾਣੀ ਹੁਣ ਪਿਆਇਆ ਜਿਹਨੂੰ ਪਿਆਇਆ ਆਈਏ ਪਤਾ ਹੁੰਦਾ ਪਿਆ ਅੱਛਾ ਇਹ ਸੁਬਾਹ ਦਾ ਹੀ ਮਤਲਬ ਫਿਰ ਉੱਡਿਆ ਹਾਂਜੀ ਤਾਂ ਬੱਚਾ ਕਿਹੜਾ ਹਜੇ ਆ ਇਹ ਹਾਂਜੀ ਇਹ ਇਹਦੇ ਕੋਈ ਨੇ ਦੁਬਾਰਾ ਖੋਲਿਆ ਇਹ ਤੋਂ ਨਿਕਲ ਜਿਹਨੇ ਬੁਆ ਖੋਲਿਆ ਫੜ ਵਿੱਚ ਚਿੱਤਰ ਫੇਰੋ ਇਹਨੂੰ ਬਾਦ ਹੀ ਉੱਡੀ ਫਿਰ ਇਤਰਾਜ਼ ਬੰਦਾ ਇੱਕ ਜਗ੍ਹਾ ਜ਼ਾਰੀ ਗੱਲ ਹੈ ਹੁਣ ਬੰਦਾ ਵੇਖ ਕੇ ਆਂਦਾ ਕਿ ਯਾਰ ਮੁਖਾਲਫ ਬਾਜ਼ੀ ਉਤਲੋ ਮਤਲਬ ਬਾਜ਼ੀ ਉਹਨਾਂ ਦੀ ਲੱਗੀ ਹੈ ਠੀਕ ਹੈ ਤੁਹਾਡਾ ਪਿੰਡ ਦੀ ਛਾਤੇ ਸੀ ਸਾਨੂੰ ਖੁਸ਼ੀ ਹੈ ਛਾਤੇ ਜਿੱਤੇ ਤੇ ਠੀਕ ਹੈ ਸਾਡੇ ਤੇ ਅੱਜ ਐਵੇਂ ਦੀ ਕੋਈ ਮੁਖਾਲਫ ਬਾਜ਼ੀ ਉਹ ਦੇਖੋ ਨਾ ਉਹ ਵੀ ਉੱਪਰ ਚੜੇ ਨੇ ਉਹ ਵੇਖੋ ਸਾਹਮਣੇ ਉਸਤਾਦ ਖਾਲਾ ਦੀ ਛਾਤੇ ਜੀ ਸਾਡੇ ਤੇ ਅੱਜ ਐਵੇਂ ਦੀ ਕੋਈ ਗੱਲ ਬਾਤ ਨਹੀਂ ਹੈ ਠੀਕ ਹੈ ਉਹਨਾਂ ਦਾ ਲਾਸਟ ਕਬੂਤਰ ਉੱਪਰ ਰਹਿੰਦਾ ਆਖਰੀ ਕਬੂਤਰ ਉਹਨਾਂ ਦਾ ਉੱਪਰ ਰਹਿੰਦਾ ਠੀਕ ਹੈ ਤੇ ਉਹ ਗੱਲ ਸਾਹਮਣੇ ਜਿਹੜੀ ਆਈ ਹੈ ਗਰੁੱਪ ਦੇ ਵਿੱਚ ਉਹ ਆਈ ਹੈ ਕਿ ਇਹ ਲਾਲ ਛੱਤ ਵਾਲਿਆਂ ਜਿਹੜਾ ਨਾ ਉਹ ਥੱਲਿਓਂ ਪੱਲਾ ਮਾਰਿਆ ਜਿਹਦੀ ਵਜ੍ਹਾ ਦੋਨਾਂ ਦਾ ਕਬੂਤਰ ਹੋਰ ਉੱਪਰ ਚਲਾ ਗਿਆ ਇਹਨਾਂ ਦਾ ਕਹਿਣਾ ਹੈ ਜੀ ਸਾਡੇ ਬੱਚੇ ਨੇ ਨਿਕਾਲੇ ਦੋ ਚਾਰ ਛੇ ਛੇ ਕਬੂਤਰ ਨੇ ਉੱਪਰ ਤੁਹਾਡੇ ਛੇ ਕਬੂਤਰ ਨੇ ਉੱਤੇ ਫੋਨ ਵਾਲਿਆਂ 'ਚੋਂ ਪੰਜ ਨੇ ਇੱਕ ਸੁਬਾਹ ਵਾਲਿਆਂ 'ਚੋਂ ਇੱਕ ਬੈਠਾ ਤੁਹਾਡੇ ਸਾਹਮਣੇ ਤੇ ਇੱਕ ਉਹਨਾਂ ਦੇ ਵਿੱਚ ਉੱਤੇ ਅੱਛਾ ਤੇ ਹੁਣ ਤੁਹਾਡੇ ਵਾਲੇ ਵੀ ਨੁਕਸਾਨ ਹੈ ਨਾ ਹੁਣ ਮਤਲਬ ਵਾਸਤੇ ਅਸੀਂ ਸਗੋਂ ਆਪਣੇ ਆਪ ਤੋਂ ਪਰੇਸ਼ਾਨ ਹੈ ਸਾਡੇ ਮਿਹਨਤ ਕਬੂਤਰ ਉੱਤੇ ਨਹੀਂ ਉਹ ਕਬੂਤਰ ਬਹਿ ਗਿਆ ਕਿ ਚਲੋ ਉਹਦਾ ਸ਼ੁਕਰ ਬਹਿ ਗਿਆ ਬਾਕੀ ਸਾਡਾ ਉੱਤੇ ਹੋ ਉਹ ਸੈੱਟ ਨਹੀਂ ਹਲੇ ਹੋਇਆ ਕਿੰਨੀ ਦੇਰ ਹੋਈ ਜਣ ਬੈਠੇ ਨੂੰ ਤਕਰੀਬਨ ਉਹਨੂੰ 15 ਮਿੰਟ ਹੋਏ ਜੇ ਬੈਠੇ ਆਹੋ ਉਹਨੇ ਥੋੜਾ ਜਿਹਾ ਨਾ ਸੈੱਟ ਮੈਟ ਕਰੋ ਸੋ ਪ੍ਰੇਂਦਾ ਦੀ ਕਾਫੀ ਨਾਜ਼ੁਕ ਹਾਲਤ ਹੈ ਬਹਰਾਲ ਇਹ ਜੋੜੀ ਤੇ ਤੁਹਾਡੀ ਬਹਿ ਚੱਲੀਏ ਤੇ ਦੂਸਰੇ ਚਾਰ ਬੜੇ ਉੱਚੀ ਨੇ ਧੰਨਵਾਦ ਲੈ ਜੋ ਲੰਮਾ ਬਾਰਡਰ ਟੋਟਾ ਕਿਉਂਕਿ ਸਾਰੀ ਗੱਲ ਹੈ ਯਾਰ ਵੇਖੋ ਨਾ ਉਹਨਾਂ ਦਾ ਵੀ ਵਿੱਚ ਬਾਜ਼ੀ ਉੱਡੀ ਹੈ ਅਤੇ ਇਸ ਤਰੀਕੇ ਨਾਲ ਨਾ ਬੰਦਾ ਅੱਛਾ ਨਹੀਂ ਲੱਗਦਾ ਹੈ ਕਿ ਥੱਲਿਓਂ ਪੱਲਾ ਮਾਰਦਾ ਠੀਕ ਹੈ ਉਹਨਾਂ ਬੋਲਿਆ ਜਿਸ ਤਰੀਕੇ ਉਹ ਤਾਂ ਵਿਖਾਇਆ ਹੈ ਉੱਪਰ ਛੇ ਕਬੂਤਰ ਲਓ ਜੀ ਇਹ ਜੇ ਕਬੂਤਰ ਜੀ ਸਾਹਮਣੇ ਆਇਆ ਤੇ ਇਹਨੇ ਹੁਣ ਤੰਗ ਹੋਣਾ ਨਾ ਇਹਨੇ ਬੈਠਣਾ ਕਦੋਂ ਹੈ ਦਿਨ ਡੁੱਬ ਗਿਆ ਠੀਕ ਹੈ ਉੱਤੋਂ ਉਹਨਾਂ ਦੀ ਵੀ ਮਾਦੀ ਹੁਣ ਉੱਤੇ ਵੇ ਸਾਰੀ ਗੱਲ ਦੋਵਾਂ ਦਾ ਨੁਕਸਾਨ ਹੈ ਘਰਾਂ ਦਾ ਤੇ ਬੱਚਿਆਂ ਨੂੰ ਥੋੜ੍ਹਾ ਜਿਹਾ ਨਾ ਦੂਰ ਰੱਖੋ ਅੱਗੋਂ ਆਬਾਦੀ ਸਾਰੇ ਕਬੂਤਰ ਫਿਰਦੇ ਚੜੇ ਨੇ ਬਸ ਥੋੜ੍ਹੀ ਦੇਰ ਬਾਅਦ ਠੀਕ ਹੈ ਬਾਜ਼ੀ ਵੇਖਣਾ ਅਸਾਂ ਗਿਆ ਕਬੂਤਰ ਦਾ ਦੇ ਥੱਲਿਆਂ ਦੇ ਟਾਈਮ ਤੇ ਆ ਜਾਣਾ ਵਾਪਸ ਉਦੀ ਦੇ ਟਿਕਦਾ ਆ ਕੇ ਵੇਖਾ ਥੱਲੇ ਕਬੂਤਰ ਉੱਡੇ ਨੇ ਚਲੋ ਬਹਰਹਾਲ ਹੁਣ ਅੱਲਾ ਖੈਰ ਕਰੇਗਾ ਉਹਨਾਂ ਦੀ ਵੀ ਸਾਰੀ ਗੱਲ ਮਾਦੀ ਉੱਤੇ ਵੇ ਲਾਸਟ ਵਾਲੀ ਲਾਰੀ ਗੱਲ ਹੈ ਜੀ ਉਹਨਾਂ ਦਾ ਵੀ ਸਾਰੇ ਕਬੂਤਰ ਐਡਾ ਅੱਛਾ ਉਹਨਾਂ ਦੇ ਭਾਈ ਆਏ ਨੇ ਫਿਰ ਕੇ ਜੇ ਉਹ ਮਾਦੀ ਬਹਿ ਜਾ ਪਹਿਲੇ ਨੰਬਰ ਉਹਨਾਂ ਦਾ 30 ਛੱਤਾਂ ਦਾ ਵਿਨ ਹੁੰਦੇ ਨੇ ਉਹ ਚਲੋ ਜੀ ਸਾਡੀ ਦੁਆਏ ਬਹਿ ਜਾ ਮਾਦੀ ਸਾਡੇ ਪਿੰਡ ਦੀ ਛੱਤ ਤੇ ਸਾਡੀ ਇੱਜ਼ਤ ਤੇ ਸਾਨੂੰ ਹੋਰ ਕੀ ਚਾਹੀਦਾ ਠੀਕ ਹੈ ਬਾਕੀ ਅਸੀਂ ਵੈਸੇ ਕੋਈ ਗੱਲ ਨਹੀਂ ਹੈ ਸਹੀ ਹੈ ਨਹੀਂ ਇਤਰਾਜ਼ ਦੀ ਗੱਲ ਜਿਹੜੀ ਆਈ ਇਸ ਵਜ੍ਹਾ ਤੋਂ ਮੈਂ ਆਇਆ ਚੈੱਕ ਕਰਨ ਵਾਸਤੇ ਸਾਰੀ ਗੱਲ ਸਾਡਾ ਜ਼ਿਹਨ ਨਹੀਂ ਕਿਸੇ ਨੂੰ ਲੜਾਉਣ ਝਗੜਨ ਦਾ ਯਾਰ ਮਤਲਬ ਨਿੱਕੀ ਨਿੱਕੀ ਗੱਲ ਤੋਂ ਪਿੰਡ ਸਾਰੀ ਗੱਲ ਹੈ ਮੈਂ ਹੁਣ ਤੁਹਾਡੀ ਛੱਤ ਤੇ ਵੀ ਆਉਣਾ ਉਹਨਾਂ ਦੀ ਛੱਤ ਤੇ ਵੀ ਜਾਣਾ ਠੀਕ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਮੁਖਾਲਫਬਾਜ਼ ਜਾਂ ਕਿਸੇ ਕਿਸਮ ਦੀਆਂ ਕਰਾਂ ਮੇਰਾ ਜਿਹੜਾ ਹੈ ਵੇ ਇੱਕ ਕੰਟੈਂਟ ਉਹ ਮੈਂ ਸ਼ੇਅਰ ਕਰਨਾ ਜਿਹੜੀ ਗੱਲ ਹੱਕੀ ਸੱਚੀ ਹੁੰਦੀ ਹੈ ਆਪਣੀ ਜਗ੍ਹਾ ਵੇ ਬਾਕੀ ਆ ਕੰਮ ਜਿਹੜਾ ਹੋਇਆ ਸੀ ਆਪ ਤੋਂ ਪਰੇਸ਼ਾਨ ਆਸੀ ਇੱਥੇ ਨਹੀਂ ਆ ਪਿੱਛੋਂ ਬੱਚੇ ਨੇ ਕੱਢ ਦਿੱਤੇ ਨੇ ਬਾਕੀ ਫਿਰ ਵੀ ਗਲਤੀ ਸਾਡੀ ਹੋਈ ਹੈ ਉਹਨੂੰ ਉੱਤੇ ਚੜ੍ਹ ਕੇ ਉਹਨੇ ਕੱਢ ਦਿੱਤੇ ਨੇ ਤੇ ਗਲਤੀ ਵੀ ਸਾਡੀ ਉੱਤੇ ਤਾਲਾ ਲਾਣਾ ਚਾਹੀਦਾ ਤਾਲਾ ਨਹੀਂ ਸੀ ਲੱਗਾ ਨਹੀਂ ਤੁਹਾਡੇ ਕਬੂਤਰ ਫਿਰਤੇ ਚੜ੍ਹੇ ਨੇ ਅੱਗੋਂ ਬਾਦੀ ਦੇ ਦਿਨ ਥੋੜੇ ਰਹਿ ਗਏ ਨੇ ਤੇ ਅੱਛੀ ਗੱਲ ਨਹੀਂ ਆ ਤੁਸੀਂ ਜਿਹੜਾ ਬੱਚਿਆਂ ਨੂੰ ਥੋੜ੍ਹਾ ਇਤਰਾ ਕੇ ਰੱਖੋ ਅਤੇ ਤਾਲੇ ਛਾਲੇ ਰੱਖੋ ਠੀਕ ਹੈ ਸਰ ਜੀ ਆਹ ਵੇਖ ਲਓ ਤੁਸੀਂ ਹੁਣ ਇਹਨਾਂ ਜਿਸ ਤਰੀਕੇ ਨਾਲ ਬੋਲਿਆ ਜੇ ਇਹਨਾਂ ਦਾ ਕਬੂਤਰ ਜਿਹੜਾ ਨਾ ਉਹ ਬੱਚੇ ਨੇ ਖੋਲ ਦਿੱਤਾ ਜੇ ਦਰਵਾਜ਼ਾ ਜਿਹਦੀ ਵਜ੍ਹਾ ਤੋਂ ਨੁਕਸਾਨ ਹੋਇਆ ਸਾਰੀ ਗੱਲ ਤੁਸਾਂ ਹੁਣ ਬਾਜ਼ੀ ਉਡਾਈ ਹੈ ਉਸਤਾਦ ਖਾਲਸਾ ਹੋਰਾਂ ਦੀ ਛੱਤ ਉਹ ਵੀ ਉੱਪਰ ਚੜ੍ਹੇ ਨੇ ਉਹ ਦੇਖ ਰਹੇ ਹੋ ਬਾਕੀ ਚਲੋ ਕੋਈ ਨਹੀਂ ਅੱਲਾ ਖੈਰ ਕਰੇ ਅਸਲਾਮ ਵਾਲੇਕਮ ਦੋਸਤੋ ਵੇਟ ਹੋ ਰਿਹਾ ਜੀ ਕਬੂਤਰ ਕਾ ਲੈਟਿੰਗ ਸ਼ੈਟਿੰਗ ਹੋ ਗਈ ਹੈ ਇਹ ਦੇਖੇ ਠੀਕ ਹੈ ਬਾਕੀ ਕਬੂਤਰੋਂ ਕਾ ਪੁੱਛ ਲੈਤੇ ਹਾਂ ਹਾਂਜੀ ਭਾਈ ਸਰ
सुनाओ कबूतर फिर दूसरे आ गए जे जेड़े थल्ले उड़े ना वो ते बह जाए तो जेड़ा दूसरा कबूतर सो नहीं बैठा जेड़ा सुबह वाला उड़िया है बैंदा भी नया सेट हुआ बाला नहीं वापस एक दफा आया उसके बाद फिर ना सीधा हो गया तो दूसरे जेड़े हैं वो आ गए ने किन्ने बजे निकले हैं जे कबूतर जे साढ़े कबूतर था असी तो गया बाजी वेखन नाल आहो बाजी उड़ी है सारे असी गया 3 बजे नाल अच्छा उतो असी आया वापस 4:30 बजे नाल देख लो जो बड़ा नुकसान होया सारी गल भी नुकसान होया सतार खालसा साहब का उन्होंने भी नहीं मादी आ सकी इस वजह तो ठीक है मैं खुद भाई इन्होंने आके क्या यार गलत होया क्योंकि एक पिंड एक जगह सारी गल बंदा जरा ना वो नहीं अच्छा लगता क्योंकि किसी का शो खराब कर लगे तो इन्हें दसिया नहीं यार साढ़े न मतलब है नुकसान होया तो आज सामने जो खुराक उस कबूतर की खड़ी ने देखो जरा तो कबूतर जरा ना वो अज मतलब ऐ साइड वाल कितने दोस्त हो गया ऐस जिथे आ लाइटिंग नजर अच्छा एक होर गल लाइटा पहले बोलते हो पे जिम्मे कि नहीं सन लाइट मतलब बंद सी जी लाइट खराब हुई सी ते उस वास्ते ते जनरेटर लेंदा सी ते ओ लिया के लाए ते लाइट भी आ गई हो सकदा है इस वजह तो कबूतर ना घर बैठा होवे शायद ये भी हो सकता है बाकी असी स्पेशल उस कबूतर वास्ते लाया दूजे भावे सारे टो जंदो दा सन मसला कोई नहीं सी असी सिर्फ उस कबूतर वास्ते लाया जेड़ा हुन सुबह दा बह गया सी हां ओ बैठा कबूतर पानी वाले तो अच्छा तो जारी गल है मैं देखो मेरी गल सुनो जिमें हम थोड़ा कबूतर नहीं आया ठीक है मेन कबूतर थोड़ा अपना से जिदी वजह तो थानू आप चीज़ का नुकसान होया नुकसान होया थानू ठीक है तो सोचने तो सारी गल दिल दे विच आंदा कि पता नहीं उन्होंने मतलब मुखालफबाजी की वजह तो नहीं नहीं अल्लाह माफी तो ऐसी कोई गल नहीं असि क्योंकि इतने हम कबूतर कदम ना समुटने बस इतने नहीं तो चले गए बेहतियाती हुई पिछले बाकी दोस्तों बहुत दुख की गल है यार उस्ताद खालसा साहब हरी भी वेट कर देने पाओ देखो ना नज़र आ रहा लाइटिंग हुई है मादी उन्होंने लास्ट उपर अगर वो मादी आ जाए तो वो जरा ना पहला नंबर पकड़ते हैं ठीक है तो बहरहाल मादी उन्होंने भी कोई नहीं नज़र आई उस तो बाद जी जिस वक्त इतों परिंदे हाइट पकड़े ने तो इन का भी एक कबूतर मेन बोलते हैं पर साडा जरा ना वो मतलब अज टुट गया नहीं आ सकया साइड वाल कित गया साइड तो है परत के वापसी नहीं हो सकी जी तो बहरहाल दोवे घर वास्ते जी नुकसान होया इस चीज़ का मैं ये गल भाई दोवे पासों कराँगा क्योंकि मैं नहीं जाता कि मैं थोड़ी साइड लवा या उन्होंने लव कि नहीं भाजी मैं सारी गल मैं दोवे साइड वाल जाना है ठीक है तो दोवे का घर का नुकसान होया इस ठीक है थोड़ा भी परिंदा गया चलो थोड़ा अपने का भी अफसोस होना उन्होंने शायद अपनी ना हों जिन्ना सानू इस गल का मंडे है कि उन्होंने दिल च आएगी कि शायद साड़ी वजह तो उन्होंने जान बुझ के परिंदे उड़ाए ने सारी गल दिल च आंदा है साढ़े पिंड की छत जी साढ़े वास्ते खुशी की गल सी तो तुम जिम्मे बोलते हो पर परिंदे तुम अच्छ कड़े ही नहीं बंद ही रखे ने मतलब साढ़े जे उडे सन ना कबूतर जो डाल ही ना जे नागे तो होंगे ना जो नहीं उड़ते वो थले ही देंगे जो दूसरे कबूतर धोखे ने पिछे किए उसले जाल के होंगे अच्छा हाँ जी दूसरे कबूतर कबूतर इतने कबूतर अच्छा फिर तो तुम दूसरे तरीके की मार रहे हो ना कि टल अगों बाजी डाल ली हाँ जी असं बाजी की तैयारी कर ली बाजी की तैयारी कर दो कहते ये बनता भी नहीं एडा गल करना कि भाई सुबह के उड़ने तो उड़े हैं जे बाद उड़न वह बंद है वह त्राद हों कि यार बाद च उड़न बहरहाल जी दोवे घर का नुकसान होया तो दुख तकलीफ जी सारी गल हर एक सी होती है तो बाकी जी वेट करने पैने तो कबूतर का खुराक मैं पकड़ी हाथ उनका दूसरा तुम देखे जिस तरीके बैठा से जी बहरहाल कोई नहीं अल्लाह खैर करे जी फिर खेलता ही सह दुख तकलीफ सारी फिर जरनी पैंती है बेच तो कोई नहीं फिर इंशाल्लाह जी इन्हें जिम्मे फिर बाजी उड़ेगी तो फिर इंशाल्लाह शेयर करा बाकी कबूतर सुबह वेखा जी वेट करा जी आ गए तो इंशाल्लाह जरूर शेयर करा।